ਬੈਠੀ ਸਾਧ ਸੰਗਤ ਜੀ, ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਭਾਈ ਮਲਕੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸਾਰੇ ਇਕੱਠੇ ਹੋਏ ਹਾਂ। ਬਹੁਤ ਦੁੱਖ ਦੀ ਘੜੀ ਆ। ਪਰਿਵਾਰ ਨੂੰ, ਸਾਰੀ ਬਟਾਲੇ ਦੀ ਸੰਗਤ ਨੂੰ ਬਹੁਤ ਦੁੱਖ ਆ ਇਸ ਚੀਜ਼ ਦਾ। ਪਰ ਫਿਰ ਸੋਚੀਦਾ, ਜੋ ਭਾਣਾ ਲਿਖਿਆ ਸੀ ਉਹੀ ਵਾਪਰਨਾ, ਜਿੱਦਾਂ ਜਿੱਦਾਂ ਲਿਖੀ ਸੀ ਉੱਦਾਂ ਉੱਦਾਂ ਆਉਣੀ। ਭਾਈ ਮਲਕੀਤ ਸਿੰਘ ਦੀ ਜੋ ਮੌਤ ਦਾ ਸਮਾਂ ਆਇਆ, ਗੁਰੂ ਮਹਾਰਾਜ ਦੀ ਚਰਨਾਂ ਵਿੱਚ ਉਹਨਾਂ ਨੇ ਆਪਣੇ ਸਵਾਸ ਜਿਹੜੇ ਛੱਡੇ ਆ, ਕਿਸੇ ਕਿਸੇ ਨੂੰ ਨਸੀਬ ਹੁੰਦੇ ਆ। ਅੱਜ ਸਵੇਰੇ ਮੈਂ ਟੈਲੀਵਿਜ਼ਨ ਦੇ ਉੱਤੇ ਇੱਕ ਭਾਈ ਸਾਹਿਬ ਐਗਜ਼ਾਮਪਲ ਦੇ ਕੇ ਇੱਕ ਚੀਜ਼ ਸਮਝਾ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਧਰਤੀ ਦੇ ਉੱਤੇ ਕਿਸੇ ਜੰਗਲ ਦੇ ਵਿੱਚ ਦੇਵੀ ਦੇਵਤਿਆਂ ਦੀ ਮੀਟਿੰਗ ਹੋਈ। ਸਾਰੇ ਦੇਵਤੇ ਵਾਰੋ ਵਾਰੀ ਆਪਣੇ ਵਾਹਨਾਂ ਦੇ ਨਾਲ ਉੱਥੇ ਉਤਰ ਰਹੇ ਸੀ। ਇੱਕ ਕਬੂਤਰ ਬੈਠਾ ਇੱਕ ਟਾਹਣੀ ਦੇ ਉੱਤੇ ਵੇਖ ਰਿਹਾ ਸੀ ਸਾਰਾ ਕੁਛ। ਜਦੋਂ ਯਮਰਾਜ ਧਰਤੀ ਦੇ ਉੱਤੇ ਉਤਰਿਆ, ਉਸਨੇ ਕਬੂਤਰ ਵੱਲ ਬੜੀ ਗੌਰ ਦੇ ਨਾਲ ਵੇਖਿਆ। ਕਬੂਤਰ ਇਹ ਵੇਖ ਕੇ ਡਰ ਗਿਆ ਵੀ ਯਮਰਾਜ ਨੇ ਮੇਰੇ ਇੱਡੀ ਗੌਰ ਨਾਲ ਕਿਉਂ ਮੇਰੇ ਵੱਲ ਵੇਖਿਆ। ਉਹਨੇ ਜਿਉਂ ਉਡਾਰੀ ਮਾਰੀ, ਸਾਹ ਵੀ ਨਹੀਂ ਲਿਆ, ਪਾਣੀ ਵੀ ਨਹੀਂ ਪੀਤਾ, ਰੋਟੀ ਵੀ ਨਹੀਂ ਖਾਧੀ। ਬਹੁਤ ਹੀ ਲੱਖਾਂ ਕੋਹਾਂ ਦੂਰ ਜਾ ਕੇ ਇੱਕ ਬਨੇਰੇ ਉੱਤੇ ਬੈਠਾ, ਅਤੇ ਬਨੇਰੇ ਉੱਤੇ ਬੈਠਣ ਦੇ ਨਾਲ ਹੀ ਬਿੱਲੀ ਨੇ ਇੱਕ ਝਪਟ ਮਾਰੀ ਅਤੇ ਕਬੂਤਰ ਨੂੰ ਮਾਰਤਾ। ਜਦੋਂ ਉੱਤੇ ਗਿਆ, ਯਮਰਾਜ ਦੇ ਪੇਸ਼ ਹੋਇਆ, ਯਮਰਾਜ ਮਹਾਰਾਜ ਨੂੰ ਉਹਨਾਂ ਨੇ ਪੁੱਛਿਆ ਵੀ ਮੈਨੂੰ ਤੁਸੀਂ ਇੰਨੀ ਗੌਰ ਦੇ ਨਾਲ ਕਿਉਂ ਵੇਖਿਆ ਸੀ। ਉਹ ਕਹਿੰਦੇ ਮੈਂ ਗੌਰ ਨਾਲ ਤਾਂ ਵੇਖਿਆ ਸੀ ਵੀ ਮੌਤ ਤੇਰੀ ਬੜੀ ਦੂਰ ਲਿਖੀ ਆ, ਟਾਈਮ ਤੇਰੇ ਕੋਲ ਬਹੁਤ ਘੱਟ ਆ, ਤੂੰ ਉੱਥੇ ਪਹੁੰਚੇਗਾ ਤਾਂ ਪਹੁੰਚੇਗਾ ਕਿੱਦਾਂ। ਕਹਿੰਦਾ ਤੂੰ ਇੰਨਾ ਮੈਂ ਇੰਨਾ ਤੇਰੇ ਵੱਲ ਵੇਖਿਆ ਸੋਚਿਆ, ਅਤੇ ਤੂੰ ਸਾਹ ਵੀ ਨਹੀਂ ਲਿਆ ਅਤੇ ਡਾਰੀਆਂ ਮਾਰਦਾ ਉੱਥੇ ਪਹੁੰਚ ਗਿਆ। ਇਸ ਕਰਕੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਮੌਤ ਦਾ ਸਮਾਂ ਅਤੇ ਸਥਾਨ ਜਿਹੜਾ ਵਾ ਉਹ ਪਹਿਲਾਂ ਹੀ ਨਿਰਧਾਰਿਤ ਆ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਬਹੁਤ ਦੁੱਖ ਆ। ਲੋਧੀ ਨੰਗਲ ਸਾਹਿਬ ਨੇ ਆਪ ਇੱਥੇ ਪਹੁੰਚਣਾ ਸੀ, ਪਰ ਕੋਈ ਹਾਈਕੋਰਟ ਦੀ ਤਰੀਕ ਹੋਣ ਦੇ ਕਾਰਨ ਉਹ ਅੱਜ ਹੀ ਉਹਨਾਂ ਨੂੰ ਜਾਣਾ ਪਿਆ। ਇਸ ਕਰਕੇ ਅਸੀਂ ਪਰਿਵਾਰ ਦੇ ਨਾਲ ਖਲੋਤੇ ਹਾਂ। ਜਿੱਥੇ ਵੀ ਸਾਡੇ ਪਰਿਵਾਰ ਦੀ ਲੋੜ ਜਾਪੂਗੀ, ਅਸੀਂ ਉੱਥੇ ਹਰ ਜਗ੍ਹਾ ਨਾਲ ਖਲੋਵਾਂਗੇ। ਬਹੁਤਾ ਕੁਛ ਨਹੀਂ ਕਹੂੰਗਾ। ਪਰਮਾਤਮਾ ਅੱਗੇ ਅਰਦਾਸ ਕਰੂੰਗਾ ਵੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।